ਬਹੁਤ ਖੁਸ਼ੀ ਹੈ ਜੀ, ਵੀਰ ਜੀ ਬਹੁਤ ਖੁਸ਼ੀ ਹੈ, ਮਤਲਬ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੈਗਾ ਵੀ ਇੰਨੀ ਕੀ ਖੁਸ਼ੀ ਹੈ। ਬਸ ਇੱਕ ਇੱਕ ਗੱਲ ਦਾ ਅਫਸੋਸ ਹੈ ਵੀ ਅਸੀਂ 15 ਕੁ ਮਿੰਟ ਲੇਟ ਹੋ ਗਏ, ਨਹੀਂ ਅਸੀਂ ਛੋਟੇ ਸ਼ੁਭ ਨੂੰ ਦੇਖ ਲੈਣਾ ਸੀ ਵੀ ਦੁਬਾਰਾ। ਚਲੋ ਸਾਨੂੰ ਇਹ ਉਮੀਦ ਹੈ ਵੀ ਵਾਪਸ, ਚਲ ਮਾਂ ਬਾਪ ਲਈ ਇੱਕ ਖੁਸ਼ੀ ਆਈ ਹੈ। ਇਹ ਮੂੰਹ ਤੇ ਚਪੇੜ ਹੈ ਜਿਨ੍ਹਾਂ ਨੇ ਸਾਤੋਂ ਮੂਸੇ ਵਾਲਾ ਖੋਇਆ, ਅੱਜ ਉਹਨਾਂ ਦੇ ਮੂੰਹ ਤੇ ਦੁਬਾਰੇ ਚਪੇੜ ਹੈ ਕਿ ਉਹ ਆ ਗਿਆ ਦੁਬਾਰੇ। ਬਹੁਤ ਖੁਸ਼ੀ ਹੈ ਜੀ ਵੀਰ ਜੀ, ਬਹੁਤ ਖੁਸ਼ੀ ਹੈ, ਮਤਲਬ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੈਗਾ ਵੀ ਇੰਨੀ ਕੀ ਖੁਸ਼ੀ ਹੈ। ਬਸ ਇੱਕ ਇੱਕ ਗੱਲ ਦਾ ਅਫਸੋਸ ਹੈ ਵੀ ਅਸੀਂ 15 ਕੁ ਮਿੰਟ ਲੇਟ ਹੋ ਗਏ, ਨਹੀਂ ਅਸੀਂ ਛੋਟੇ ਸ਼ੁਭ ਨੂੰ ਦੇਖ ਲੈਣਾ ਸੀਗਾ ਜੀ। ਹੁਣ ਵੇਟ ਕਰ ਰਹੇ ਹਾਂ, ਮਤਲਬ ਵੇਟ ਕਰਾਂਗੇ ਜਿੰਨਾ ਟਾਈਮ ਉਰੇ ਰੁਕ ਸਕਦੇ ਹਾਂ, ਵੀ ਕੋਸ਼ਿਸ਼ ਹੈ ਸਾਡੀ ਵੀ ਅਸੀਂ ਉਹਨੂੰ ਦੇਖ ਕੇ ਜਾਈਏ। ਕਿੰਨੀ ਉਡੀਕ ਹੈ ਸਿੱਧੂ ਦੇ ਫੈਨ? ਬਹੁਤ ਜ਼ਿਆਦਾ ਜੀ, ਮਤਲਬ ਉਹ ਗੱਲ ਦਾ ਤਾਂ ਕੋਈ ਆਪਾਂ ਲਫ਼ਜ਼ਾਂ 'ਚ ਬਿਆਨ ਹੀ ਨਹੀਂ ਕਰ ਸਕਦੇ ਵੀ ਕਿੰਨੀ ਕੁ ਉਡੀਕ ਸੀ ਯਾਰ। ਬਹੁਤ ਖੁਸ਼ੀ ਹੋਈ ਆ ਵੀ ਚਲੋ ਅੱਜ ਕੁਛ, ਮਤਲਬ ਆ ਸਾਰਿਆਂ ਨੂੰ ਇੱਕ ਉਮੀਦ ਤਾਂ ਹੋਊਗੀ, ਪੂਰੀ ਹੋ ਗਈ ਉਹਨਾਂ ਦੀ ਲਈ ਜ਼ਿਆਦਾ ਹੈ ਵੀ ਚਲੋ ਉਹਨਾਂ ਨੂੰ ਦੁਬਾਰਾ ਇੱਕ ਖੁਸ਼ੀ ਦਾ ਮੌਕਾ ਮਿਲਿਆ, ਹੈ ਨਾ, ਬੱਚੇ ਨੂੰ ਖੋਣ ਦਾ, ਇੱਕ ਮਾਂ ਬਾਪ ਨੂੰ, ਕਿਉਂਕਿ ਅਸੀਂ ਹੁਣ ਦੇਖ ਕੇ ਆਏ ਹਾਂ ਉਹ ਅਹਿਸਾਸ ਜਿਹਾ ਵੀ ਦੁਬਾਰਾ। ਚਲੋ ਸਾਨੂੰ ਇਹ ਉਮੀਦ ਹੈ ਵੀ ਵਾਪਸ, ਚਲ ਮਾਂ ਬਾਪ ਲਈ ਇੱਕ ਖੁਸ਼ੀ ਆਈ ਹੈ, ਇਹ ਜ਼ਿਆਦਾ ਜ਼ਰੂਰੀ ਹੈ। ਬਾਕੀ ਦੇਖੋ ਆਪਣੇ ਬੱਚੇ ਨੇ ਕਿਸ ਲਾਈਨ 'ਤੇ ਜਾਣਾ ਕੁਛ ਨਹੀਂ ਪਤਾ, ਹੈ ਨਾ, ਉਹ ਵਕਤ। ਹਾਂਜੀ ਹਾਂਜੀ, ਅੱਜ ਗੂੰਜ ਉੱਠੀ ਹੈ ਵੀ ਉਹ ਚੀਜ਼ ਸਾਨੂੰ ਬਹੁਤ ਹੋਈ ਹੈ ਵੀ ਸਾਨੂੰ ਖੁਸ਼ੀ ਆ ਬਹੁਤ ਹੋ ਰਹੀ ਹੈ ਜ਼ਿਆਦਾ। ਸਾਨੂੰ ਇੱਕ ਮਿੰਟ ਆਇਆ ਵੀ ਸਾਨੂੰ ਕੋਈ ਅੰਦਰ ਜਾਣ ਦੀ ਇਜਾਜ਼ਤ ਦੇਵੇ ਤਾਂ ਅਸੀਂ ਜਾਈਏ, ਦੇਖੀਏ ਅਸੀਂ ਬੱਚੇ ਨੂੰ। ਭੁਪਿੰਦਰ ਸਿੰਘ ਭੂਰ ਮਾਸਟਰ, ਪਿੰਡ ਕਿਲਾ ਰੈਪਰ। ਮੈਂ ਪਿਛਲੇ 15 ਸਾਲ ਤੋਂ USA 'ਚ ਸੈਟਲ ਹਾਂ, ਅਤੇ ਜਦੋਂ ਇਸ ਖੁਸ਼ੀ ਦਾ ਪਤਾ ਲੱਗਿਆ ਬਈ ਉਸ ਘਰ ਦੇ ਵਿੱਚ ਨਵੀਆਂ ਕਲਕਾਰੀਆਂ ਵੱਜਣ ਵਾਲੀਆਂ ਨੇ, ਤਾਂ ਮੈਂ ਉੱਥੋਂ ਆਇਆ, ਅਤੇ ਅੱਜ ਮੈਨੂੰ ਪਤਾ, ਇਹ ਪਤਾ ਲੱਗਿਆ ਕਿ ਉਹ ਅੱਜ ਘਰ ਪ੍ਰਵੇਸ਼ ਕਰ ਰਿਹਾ ਬੱਚਾ, ਅਤੇ ਅਸੀਂ ਅੱਜ ਆਏ ਹਾਂ, ਮੇਰੇ ਨਾਲ ਦੋਸਤ ਨੇ, ਅਤੇ ਜਿੱਥੇ ਇਹ ਉਹਨਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜਿਨ੍ਹਾਂ ਨੇ ਸਾਤੋਂ ਮੂਸੇ ਵਾਲਾ ਖੋਇਆ, ਅੱਜ ਉਹਨਾਂ ਦੇ ਮੂੰਹ 'ਤੇ ਦੁਬਾਰੇ ਚਪੇੜ ਹੈ ਕਿ ਉਹ ਆ ਗਿਆ ਦੁਬਾਰੇ। ਅਸੀਂ ਆਉਣ ਵਾਲੇ, ਜੇ ਪਰਮਾਤਮਾ ਨੇ ਉਮਰ ਬਖਸ਼ੀ, ਅਸੀਂ 20 ਸਾਲ ਵੇਟ ਕਰਾਂਗੇ, ਅਸੀਂ ਉਹਨੂੰ ਸ਼ੁਭਦੀਪ ਬਣਦਾ ਦੇਖਣਾ ਚਾਹੁੰਦੇ ਹਾਂ ਵੀ ਉਹ ਬਣੂਗਾ, ਅਤੇ ਪਰਮਾਤਮਾ ਉਹਨੂੰ ਲੰਮੀ ਉਮਰ ਦੇਵੇ, ਅਤੇ ਉਹ ਆ ਕੇ ਪੰਜਾਬੀ ਸੱਭਿਆਚਾਰ ਦੀ, ਜਿਵੇਂ ਪਹਿਲਾਂ ਉਹਦੇ ਪਾਪਾ ਜਾਂ ਉਹਨਾਂ ਦੇ ਉਹਦਾ ਭਰਾ ਉਹਨਾਂ ਦਾ ਭਰਾ ਸੇਵਾ ਕਰੇ, ਲੋਕ ਸੇਵਾ ਕਰਦਾ ਸੀ, ਪੰਜਾਬੀ ਦੀ ਸੇਵਾ ਕਰਦਾ ਸੀ, ਇਹ ਵੀ ਉਸੇ ਤਰ੍ਹਾਂ ਪੰਜਾਬੀ ਦੀ ਸੇਵਾ ਕਰੇ, ਪੰਜਾਬੀ ਕੌਮ ਨੂੰ ਇਸੇ ਤਰ੍ਹਾਂ ਉੱਪਰ ਚੱਕੇ। ਸਾਡੀਆਂ ਸ਼ੁਭਕਾਮਨਾਵਾਂ ਨੇ ਉਸ ਉਹਨਾਂ ਦੇ ਲਈ।